ਇੱਥੋਂ ਚੱਲ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਥੋੜ੍ਹਾ ਜਿਹਾ ਅਗਾਂਹ ਚੱਲੇ ਨੇ, ਉੱਥੇ ਨਿਵਾਸ ਕੀਤਾ। ਉੱਥੇ ਬਾਹਲੀ ਸੰਗਤ ਜਿਹੜੀ ਹੈ, ਸਾਧ ਸੰਗਤ ਜੀ ਬਹੁਤ ਜ਼ਿਆਦਾ ਇਕੱਠ ਹੋਇਆ ਪਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਇੰਨਾ ਕੁ ਜ਼ਿਆਦਾ ਇਸ ਥਾਂ 'ਤੇ ਇਕੱਠ ਹੋ ਗਿਆ ਸੰਗਤ ਦਾ ਕਿ ਸਾਧ ਸੰਗਤ ਜੀ, ਇੱਕ ਬ੍ਰਾਹਮਣ ਜਿਹੜਾ ਵਿੱਦਿਆ ਦਾ ਬਹੁਤ ਵੱਡਾ ਵਿਦਵਾਨ ਸੀ, ਬੜੀਆਂ ਉਹਨੇ ਧਾਰਮਿਕ ਪੋਥੀਆਂ ਪੜ੍ਹੀਆਂ ਹੋਈਆਂ ਨੇ, ਬੜਾ ਗਿਆਨ ਜੀ ਉਹਨੇ ਇਕੱਠਾ ਕੀਤਾ ਹੈ। ਅਤੇ ਸਾਧ ਸੰਗਤ ਜੀ ਗਿਆਨ ਹੋਣ ਦੇ ਕਰਕੇ ਹੰਕਾਰ ਮਨ ਵਿੱਚ ਬੜਾ ਸੀ। ਇਸ ਗੱਲ ਦਾ ਹੰਕਾਰ ਸੀ ਕਿ ਮੈਨੂੰ ਕੋਈ ਵੀ ਹਰਾ ਨਹੀਂ ਸਕਦਾ ਗੱਲਾਂ ਦੇ ਵਿੱਚ, ਧਾਰਮਿਕ ਗੱਲ ਕੋਈ ਕਰਨੀ ਹੋਵੇ ਨਾ ਤਾਂ ਮੈਨੂੰ ਕੋਈ ਹਰਾ ਨਹੀਂ ਸਕਦਾ, ਅਤੇ ਮੈਂ ਕਿਸੇ ਨੂੰ ਵੀ ਕੋਈ ਸਵਾਲ ਕਰਦੇ ਹਾਂ ਤਾਂ ਮੇਰੇ ਸਵਾਲਾਂ ਦਾ ਉੱਤਰ ਕਿਸੇ ਕੋਲ ਨਹੀਂ ਹੈਗਾ। ਸਾਧ ਸੰਗਤ ਮੈਂ ਉਦਣ ਵੀ ਬੇਨਤੀ ਕੀਤੀ ਸੀ ਕਿ ਪਹਿਲੇ ਸਮਿਆਂ ਦੇ ਵਿੱਚ ਇੱਦਾਂ ਬੜਾ ਹੁੰਦਾ ਸੀ ਕਿ ਜਿਹਦੇ ਕੋਲ ਥੋੜ੍ਹੀ ਜਿਹੀ ਵਿੱਦਿਆ ਆ ਜਾਣੀ ਉਹਨੇ ਦੂਜਿਆਂ ਦੇ ਨਾਲ ਵਿਚਾਰਾਂ ਕਰਨੀਆਂ ਅਤੇ ਉਹਨੂੰ ਵਿਚਾਰਾਂ ਵਿੱਚ ਹਰਾ ਕੇ ਉਹਦੀਆਂ ਕਿਤਾਬਾਂ ਖੋਹ ਲੈਣੀਆਂ ਧਾਰਮਿਕ ਸਾਰੀਆਂ ਹੀ, ਅਤੇ ਉਹ ਆਪਣੇ ਕੋਲ ਰੱਖ ਲੈਣੀਆਂ, ਅਤੇ ਜਿਹਦੇ ਕੋਲ ਜਿੰਨੀਆਂ ਜ਼ਿਆਦਾ ਪੋਥੀਆਂ ਹੋ ਜਾਣੀਆਂ ਇਕੱਠੀਆਂ, ਕਿਤਾਬਾਂ ਇਕੱਠੀਆਂ ਹੋ ਜਾਣੀਆਂ, ਕਹਿਣਾ ਇਹ ਓਨਾ ਹੀ ਵੱਡਾ ਵਿਦਵਾਨ ਆ, ਪਰ ਅਸਲ ਦੇ ਵਿੱਚ ਉਹ ਓਨਾ ਹੀ ਵੱਡਾ ਹੰਕਾਰੀ ਹੁੰਦਾ ਸੀ। ਉਹਨੂੰ ਗਿਆਨ ਦਾ ਹੰਕਾਰ ਹੋ ਜਾਂਦਾ ਸੀ। ਵਿਚਾਰ ਕਰਨੀ, ਗਿਆਨ ਪ੍ਰਾਪਤ ਕਰਨਾ ਇੱਕ ਹੋਰ ਗੱਲ ਹੈ, ਪਰ ਉਹਦੇ ਨਾਲ ਆਪਣੇ ਅੰਦਰ ਹੰਕਾਰ ਪੈਦਾ ਕਰ ਲੈਣਾ, ਸਾਧ ਸੰਗਤ ਜੀ ਇਹਦੇ ਨਾਲ ਜੀਵਨ ਦੇ ਵਿੱਚ ਗਿਰਾਵਟ ਆ ਜਾਂਦੀ। ਇਹਨੇ ਬ੍ਰਾਹਮਣ ਨੇ ਕਹਿੰਦੇ ਸਾਧ ਸੰਗਤ ਜੀ ਬੜਾ ਗਿਆਨ ਤੇ ਇਕੱਠਾ ਕਰ ਲਿਆ, ਇਸ ਪੰਡਿਤ ਨੇ ਗਿਆਨ ਬੜਾ ਇਕੱਠਾ ਕੀਤਾ, ਪਰ ਸਾਧ ਸੰਗਤ ਜੀ ਹਉਮੈ ਦੇ ਕਰਕੇ ਜਦੋਂ ਇਹ ਇੱਥੋਂ ਲੰਘ ਰਿਹਾ ਸੀ ਜਿੱਥੇ ਗੁਰੂ ਸਾਹਿਬ ਬਿਰਾਜੇ ਹੋਏ, ਲੰਘਦਾ ਪਿਆ ਅਤੇ ਵੇਖ ਕੇ ਬੜਾ ਹੈਰਾਨ ਹੋਇਆ। ਪੁੱਛਿਆ ਇੱਕ ਗੁਰਸਿੱਖ ਨੂੰ, ਕਹਿੰਦਾ ਇੱਥੇ ਕੌਣ ਆਇਆ, ਇੰਨਾ ਜ਼ਿਆਦਾ ਭੀੜ ਕਿਉਂ ਆ, ਇੰਨਾ ਇਹ ਕਿਹੜਾ ਪ੍ਰੋਗਰਾਮ ਚੱਲ ਰਿਹਾ ਦੱਸੋ। ਉਹ ਗੁਰਸਿੱਖ ਕਹਿੰਦਾ ਜੀ ਇੱਥੇ ਗੁਰੂ ਨਾਨਕ ਦੀ ਜੋਤ ਅੱਠਵੇਂ ਸਰੂਪ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਏ ਨੇ। ਕਹਿੰਦਾ ਕਿੰਨੀ ਕੁ ਉਮਰ ਦੇ? ਕਹਿਣ ਲੱਗਾ ਜੀ ਅਜੇ ਬਚਪਨ ਦੀ ਉਮਰ ਆ ਸਤਿਗੁਰਾਂ ਦੀ, ਪਰ ਜਿਹੜਾ ਵੀ ਗੁਰੂ ਸਾਹਿਬ ਦੇ ਕੋਲ ਸਵਾਲੀ ਆਉਂਦਾ ਉਹ ਝੋਲੀਆਂ ਭਰ ਕੇ ਲੈ ਕੇ ਜਾਂਦਾ ਮਹਾਰਾਜ ਦੇ ਦਰ ਤੋਂ। ਜਦੋਂ ਇਹਨੇ ਸੁਣਿਆ ਕਿ ਮਹਾਰਾਜ ਦੀ ਉਮਰ ਅਜੇ ਛੋਟੀ ਜਿਹੀ ਹੈ, ਬੜਾ ਹੈਰਾਨ ਹੋਇਆ। ਕਹਿਣ ਲੱਗਾ ਸਿੱਖਾ, ਸ਼੍ਰੀ ਕ੍ਰਿਸ਼ਨ ਜੀ ਭਗਵਾਨ ਹੋਏ ਨੇ, ਉਹਨਾਂ ਨੇ ਗੀਤਾ ਉਚਾਰੀ ਹੈ, ਜਿਹਨੂੰ ਪੜ੍ਹ ਸੁਣ ਕੇ ਲੋਕਾਂ ਦਾ ਦੁਨੀਆਂ ਦਾ ਉਧਾਰ ਹੁੰਦਾ, ਅਤੇ ਇਹਨਾਂ ਨੇ ਉਹਨਾਂ ਤੋਂ ਵੱਡਾ ਨਾਮ ਰਖਾ ਲਿਆ ਆਪਣਾ ਸ਼੍ਰੀ ਹਰਿਕ੍ਰਿਸ਼ਨ ਸਾਹਿਬ। ਇੱਦਾਂ ਨਹੀਂ ਇਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਵਿੱਚ ਇੰਨੇ ਗੁਣ ਵੀ ਹੈਗੇ ਆ, ਉਹਨਾਂ ਵਰਗਾ ਨਾਮ ਰਖਾ ਲਿਆ, ਉਹਨਾਂ ਤੋਂ ਵੀ ਵੱਡਾ ਨਾਮ ਰਖਾ ਲਿਆ। ਗੁਰਸਿੱਖ ਕਹਿਣ ਲੱਗਾ ਸ਼ੰਕਾ ਨਾ ਕਰ ਭਾਈ ਸਾਹਿਬ, ਜੋ ਗੁਰੂ ਨਾਨਕ ਦੇ ਕੋਲ ਹੈ ਉਹ ਇਹਨਾਂ ਦੇ ਕੋਲ ਹੈ, ਗੁਰੂ ਨਾਨਕ ਦੇ ਅੱਠਵੇਂ ਸਰੂਪ ਨੇ। ਤੂੰ ਜੋ ਕੁਝ ਪੁੱਛਣਾ ਚਾਹੁੰਦਾ, ਤੇਰੇ ਮਨ ਵਿੱਚ ਕੋਈ ਸਵਾਲ ਹੈਗਾ ਤਾਂ ਸਤਿਗੁਰੂ ਉੱਤਰ ਦੇ ਦੇਣਗੇ, ਚਿੰਤਾ ਨਾ ਕਰ। ਜੇਕਰ ਉਹਨਾਂ ਨਾਮ ਰਖਾਇਆ ਨਾ ਤਾਂ ਨਾਮ ਰਖਾਉਣ ਦੇ ਲਾਇਕ ਨੇ ਉਹ, ਤਾਂ ਸਗੋਂ ਦੂਜਿਆਂ ਨੂੰ ਵੀ ਇਹ ਗੱਲ ਸਮਝਾਉਂਦੇ ਆ, ਜਿੱਦਾਂ ਦਾ ਤੇਰਾ ਨਾਂ ਆ ਉੱਦਾਂ ਦੇ ਕੰਮ ਕਰਿਆ ਕਰ, ਜੇ ਨਾਮ ਗੁਰਮੁਖ ਰਖਾਇਆ ਤਾਂ ਗੁਰਮੁਖ ਬਣੇ ਬਣ ਕੇ ਰਹਿ, ਜਿੱਦਾਂ ਦਾ ਤੂੰ ਨਾਮ ਰਖਾਇਆ ਹੈ। ਜੇ ਨਾਮ ਰਾਜਾ ਲਿਖਾਇਆ, ਰਾਜਾ ਨਾਮ ਬਣਾਇਆ ਅਤੇ ਰਾਜਿਆਂ ਦੀ ਤਰ੍ਹਾਂ ਰਿਹਾ ਕਰ, ਐਵੇਂ ਮਰੂ ਮਰੂ ਨਾ ਕਰਿਆ ਕਰ। ਜਿੱਦਾਂ ਦਾ ਤੂੰ ਨਾਮ ਰਖਾਇਆ ਉੱਦਾਂ ਦਾ ਬਣ ਕੇ ਰਿਹਾ, ਅਤੇ ਦੂਜਿਆਂ ਨੂੰ ਸਿਖਾਉਂਦੇ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ। ਸੋ ਇਹਨਾਂ ਦੇ ਦਰ 'ਤੇ ਭਾਈ ਜਿਹੜਾ ਆਉਂਦਾ ਉਹ ਝੋਲੀਆਂ ਭਰ ਕੇ ਲੈ ਕੇ ਜਾਂਦਾ, ਸ਼ੰਕਾ ਨਹੀਂ ਕਰਨਾ। ਕਹਿੰਦਾ ਇੱਦਾਂ ਕਿੱਦਾਂ ਹੋ ਸਕਦਾ, ਛੋਟੀ ਜਿਹੀ ਉਮਰ ਦੇ ਗੁਰੂ ਕਿਵੇਂ ਹੋ ਸਕਦੇ, ਇਹ ਤਾਂ ਬੜੀਆਂ ਵੱਡੀਆਂ ਵੱਡੀਆਂ ਕਮਾਈਆਂ ਕਰਨੀਆਂ ਪੈਂਦੀਆਂ ਨੇ, ਮਿਹਨਤਾਂ ਕਰਨੀਆਂ ਪੈਂਦੀਆਂ, ਮਸ਼ਕਤਾਂ ਕਰਨੀਆਂ ਪੈਂਦੀਆਂ ਨੇ, ਫਿਰ ਜਾ ਕੇ ਇਹ ਪਦਵੀਆਂ ਮਿਲਦੀਆਂ, ਇੱਦਾਂ ਥੋੜ੍ਹੇ ਗੁਰੂ ਬਣਿਆ ਜਾਂਦਾ। ਕਹਿੰਦਾ ਜਾ ਉਹਨਾਂ ਨੂੰ ਪੁੱਛ ਕਿ ਗੀਤਾ ਦੇ ਅਰਥ ਕਰਕੇ ਸੁਣਾਉਣਗੇ, ਜੇ ਤਾਂ ਉਹ ਗੀਤਾ ਦੇ ਅਰਥ ਕਰਕੇ ਸੁਣਾਉਣਗੇ ਫਿਰ ਉਹਨਾਂ ਨੂੰ ਗੁਰੂ ਬਣਨ ਦਾ
हक है, नहीं तो उन्होंने गुरु ने कहा चाहिए। मैं सारी संगत में रौला पा देंगा, उन्होंने कहो मेरे नाल विचार कर। गुरसिख गया, जाके गुरु साहब नूं दसिया महाराज इदा इदा आंदा। सतगुरां ने वेख्या कि उहदे मन में हंकार बड़ा विद्या का विद्वता का। तो आप पढ़ते हाँ खल मूर्ख ते पंडित करबो, जो गुरु मेहर करता ना तो साध संगत जी जड़ा सिरे का मूर्ख हुंदा, सिरे का गुरु साहब कहिंदे उन्हों भी पंडित करबो, उन्हों भी पंडित बना दिंदा। पंडित दा अर्थ है विद्वान, चंगा पढ़िया लिखिया सियाणा। पंडित सो जो मन पर बुद्ध है, उन्हों भी सियाणपा बख्शिश कर दिंदा आ। ते गुरु साहब कहिंदे खल मूर्ख ते पंडित करबो, पंडित ते मुगधारी। जदो वो करन ते आवे ते फिर वड्डे वड्डे विद्वानां नूं भी मुग्ध बना दिंदा, मुगधारी बना दिंदा, भाव मूर्ख बना दिंदा। सो इस करके गुरु साहब सच्चे पातशाह जी कृपा करन, जदों गुरसिख ने जाके दसिया, गुरु साहब कहिंदे जाके उन्हूं कह कि जो तेरे मन विच सवाल है आण के पुछ लै, सानू आण के मिल। गया कछ विच किताबां फड़ियां ने, गीता भी इहदे कोल आ। चलिया गया जाके गुरु साहब नूं, कोई नमस्कार नहीं कीती, सगो ऐ खड़ा हो गया हंकार दे नाल भर के। गुरु साहब नूं महाराज कहिंदे भाई पुछ की सवाल आ तेरे मन विच। कहन लगा जी तुसीं नाम इन्ना वड्डा रखा लिया, तुहाडी उम्र छोटी जिही है, तुसीं गुरु क्यों कहांदे हो? जेकर ये सब कुछ करना है तो मैनू आ गीता दे अर्थ करके सुनाओ। सतगुरु कहन लगे जे असी तेनू गीता दे अर्थ करके सुनाते, तू कहना है तो गुरु साहब दे सपुत्र ने, इन्हां ने कितों विद्या पढ़ ली होनी, अर्थ सिख ले होने है, फिर तू कोई होर तर्क शुरू कर देगा, तेरे तर्क मुकने नहीं। साध संगत जी कहिंदे ने जिहड़ा तर्कवादी बुद्धि वाला हुंदा ना, सवाल ते सवाल करी जाण वाला, उहदे सवाल मुकदे नहीं, गां दीआं सवाल आई जाणगे। ते गुरु साहब कहिंदे सवाल जवाब दोवें करे, मुंडो कुत्था जाए। जिहड़ा इदां सलाम ही करदा आ, महाराज नूं झुकदा भी आसीस भी झुकांदा, ते अगों फिर ठोक ठोक जवाब भी दिंदा आ। महाराज जदों कोई कम कहिंदे आ, गल कहिंदे आ, अगों ठोक के जवाब दिंदा आ। महाराज कहिंदे इदां नहीं चाहीदा, सेवक ते ओह आ जिहड़ा आग्या दे विच चलदा सदा, जे सीस झुकांदा ते आग्या भी मन्नदा आ। आपां मत्था टेकदे जमीन दे उपर तां आ कि सतगुरु आ मेरा सिर नीवा हो गया तेरे अगे, जो तू आखेगा वो मेरे लिए भला। सो सतगुरु सच्चे पातशाह जी कृपा करन, ये कह इहनूं महाराज ने आख्या तू कहना आ कि गुरु दा सपुत्र आ, ते इन्हां ने कितों गीता दे अर्थ सिख ले होने आ, होर तर्क खड़ा करेंगा, इसलिए इदां कर। तू कोई आप इदां दा बंदा ले आ जिहड़ा गीता दे अर्थ नहीं जाणदा, असीं उहदे तों वी अर्थ करवा देवांगे। गुरु नानक मेहर करेगा, उहदे तों वी अर्थ हो जाणगे, जा ले आ। इह साध संगत जी बड़े चा दे नाल गया लै आ, ते गल ही सौखी हो गई। साध संगत जी उत्थे पिंड दे विच कहिंदे इक छज्जू झीवर दा नाम जा बंदा रहिंदा सी, ते झोर जिहड़े ने कहिंदे उहनां समयां विच पाणी दी बड़ी कमी हुंदी सी, ते पाणी ढोण दा कम करदे हुंदे सन। पाणी ढोण दा लोकां दे घरां दे विच पाणी ढोणा, होर भी जिहड़े इदां दे कम होणे उह करके इहनां गुजारा करना। इहदा विचारे दा बड़ा काला शाह रंग सी, अनपढ़ सी, कुछ नहीं पढ़िया, कुछ नहीं लिखिया, कुछ नहीं पढ़ना लिखना जानदा ही नहीं। साध संगत जी सियाणप भी कोई बहुती नहीं, बस इदां ही पाणी ढोणा लोकां दे घरां विच, जो मिलना खर्चा पाणी उहदे नाल अपना रोटी पाणी करना रोज़। इहनूं वड़ के लै गया इतिहास दे विच, ते इह लिखिया कहिंदे ने गूंगा भी सी मूँह तों, ते कन्नां तों इहनूं सुणदा भी नहीं सी। इहनूं इशारिआं दे नाल कह के समझा के लै गया कि मेरे नाल चल। साध संगत जी जदों उत्थे लै के गया गुरु साहब दे कोल, अपने वलों ते मन विच बड़ा खुश आ, गुरु बन के बैठे ने,
ਜੇ ਇਹਨੂੰ ਇਹਨੂੰ ਪਹਿਲੀ ਗੱਲ ਤਾਂ ਇਹਨੂੰ ਅਰਥ ਆਉਂਦੇ ਨਹੀਂ, ਜੇ ਆ ਵੀ ਗਏ ਤਾਂ ਗੂੰਗਾ ਜਿਹਾ ਬੋਲੇਗਾ ਕਿਵੇਂ। ਉਹ ਤਾਂ ਵੀ ਵੱਡੀ ਗੱਲ ਇਹ ਆ, ਇਹਨੇ ਸੁਣਨਾ ਕਿਵੇਂ ਬੋਲਾ ਆ, ਇਹਨੂੰ ਤਾਂ ਸੁਣਦਾ ਹੀ ਕੁਝ ਨਹੀਂ, ਇਹਨੂੰ ਕੁਝ ਪੁੱਛਾਂਗੇ ਕਿਵੇਂ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨੇੜੇ ਹੋ ਕੇ ਬਹਿ ਗਿਆ ਅਤੇ ਆਪਾਂ ਪੜ੍ਹਦੇ ਹਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਬਚਨ, ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਜਿਹਨੂੰ ਵੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਵੇਖ ਲੈਣ ਮਿਹਰ ਭਰੀ ਮਿੰਦਗਾਹ ਦੇ ਨਾਲ, ਉਹਦੇ ਸਾਰੇ ਦੁੱਖ ਮਾਰੇ ਕੱਟ ਦਿੰਦੇ। ਹੁਣ ਸਾਧ ਸੰਗਤ ਜੀ ਕਹਿੰਦੇ ਜਦੋਂ ਗੁਰੂ ਸਾਹਿਬ ਦੇ ਨੇੜੇ ਹੋ ਕੇ ਬਹਿ ਗਿਆ, ਪੰਡਿਤ ਵੀ ਲਾਗੇ ਮਾਰੇ, ਕਹਿਣ ਲੱਗੇ ਪੰਡਿਤਾ ਪੁੱਛ ਕਿਹੜਾ ਅਰਥ ਪੁੱਛਣਾ ਚਾਹੁੰਦਾ। ਇਹਨੇ ਗੀਤਾ ਸਾਧ ਸੰਗਤ ਜੀ ਖੋਲ੍ਹੀ, ਉਹਦੇ ਵਿੱਚੋਂ ਸਭ ਤੋਂ ਔਖਾ ਸੰਸਕ੍ਰਿਤ ਭਾਸ਼ਾ ਦਾ ਲਿਖਿਆ ਹੋਇਆ ਸਭ ਤੋਂ ਔਖਾ, ਜਿਹਦੇ ਔਖੇ ਅਰਥ ਨੇ, ਉਹ ਸਲੋਕ ਪੜ੍ਹਿਆ। ਕਹਿਣ ਲੱਗੇ ਮਹਾਰਾਜ ਦੇ ਕੋਲੋਂ ਆਹ ਅਰਥ ਕਰਵਾਓ। ਗੁਰੂ ਸਾਹਿਬ ਦੇ ਕੋਲ ਇੱਕ ਛਟੀ ਫੜੀ ਹੋਈ ਸੀ, ਮਹਾਰਾਜ ਨੇ ਉਹਦੇ ਸਿਰ 'ਤੇ ਲਾਈ ਛੱਜੂ ਝਿਓਰ ਦੇ। ਜਿਵੇਂ ਹੀ ਉਹਦੇ ਸਿਰ 'ਤੇ ਮਹਾਰਾਜ ਨੇ ਛਟੀ ਲਾਈ ਅਤੇ ਸਾਧ ਸੰਗਤ ਜੀ ਉਹਨੇ ਉਸ ਸਲੋਕ ਦੇ ਇੱਕ ਨਹੀਂ ਦੋ ਨਹੀਂ ਕਿੰਨੇ ਹੀ ਅਰਥ ਕਰਕੇ ਸੁਣਾ ਦਿੱਤੇ। ਜਦੋਂ ਇਹ ਅਰਥ ਕਰਕੇ ਸੁਣਾਏ ਤਾਂ ਹੈਰਾਨ ਰਹਿ ਗਿਆ ਪੰਡਿਤ ਕਿ ਇਹ ਤਾਂ ਸੁਣ ਨਹੀਂ ਸੀ ਸਕਦਾ, ਬੋਲ ਨਹੀਂ ਸੀ ਸਕਦਾ, ਇਹ ਕਿਵੇਂ ਹੋ ਗਿਆ। ਪਰ ਹੰਕਾਰ ਵੱਡਾ ਸੀ, ਜੇ ਟੁੱਟਣ ਨੂੰ ਟਾਈਮ ਲੱਗਣਾ ਸੀ ਫਿਰ ਹੋਰ ਸਲੋਕ ਬੋਲਦਾ ਆ ਉਹ ਸਾਧ ਸੰਗਤ ਜੀ, ਜਿਵੇਂ ਜਿਵੇਂ ਬੋਲਦਾ ਉਵੇਂ ਉਵੇਂ ਛੱਜੂ ਚ ਹੋਰ ਪਟਾਕ ਪਟਾਕ ਕਰਕੇ ਕਹਿੰਦੇ ਗੀਤਾ ਦੇ ਅਰਥ ਸੁਣਾਈ ਜਾਂਦਾ। ਅਖੀਰ ਜਦੋਂ ਇਹਦੀ ਵਾਹ ਹੋ ਗਈ ਨਾ, ਸਵਾਲ ਪੁੱਛ ਪੁੱਛ ਕੇ, ਅਰਥ ਪੁੱਛ ਪੁੱਛ ਕੇ, ਇਹਦਾ ਸਿਰ ਝੁੱਕ ਗਿਆ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਵੱਲ। ਕਹਿਣ ਲੱਗਾ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਵੀ ਆਪਣਾ ਸਿੱਖ ਬਣਾ ਲਓ ਮਹਾਰਾਜ, ਮੈਂ ਭੁੱਲ ਗਿਆ ਸਾਂ, ਮੇਰੇ 'ਤੇ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ ਕਿਰਪਾ ਤਾਂ ਤੇਰੇ 'ਤੇ ਹੈਗੀ ਹੈ, ਗਿਆਨ ਤਾਂ ਤੈਨੂੰ ਬੜਾ ਏ। ਪਰ ਮਹਾਰਾਜ ਕਹਿਣ ਲੱਗੇ ਜਿਵੇਂ ਦੁੱਧ ਵਿੱਚ ਕਾਂਜੀ ਪੈ ਜਾਂਦੀ ਹੈ, ਦੁੱਧ ਕਿਸੇ ਕੰਮ ਦਾ ਨਹੀਂ ਰਹਿੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਗਿਆਨ ਦੇ ਵਿੱਚ ਹਉਮੈ ਪੈ ਗਈ, ਤੇਰਾ ਗਿਆਨ ਕਿਸੇ ਕੰਮ ਦਾ ਨਹੀਂ ਰਿਹਾ। ਪਾਤਸ਼ਾਹ ਕਹਿਣ ਲੱਗੇ ਇਸ ਹਉਮੈ ਨੂੰ ਅੰਦਰੋਂ ਕੱਢ। ਜਿਵੇਂ ਕੱਲ੍ਹ ਮੈਂ ਬੇਨਤੀ ਕੀਤੀ ਸੀ ਸਾਧ ਸੰਗਤ ਜੀ, ਇੱਕ ਬੀਬੀ ਨੇ ਮਹਾਂਪੁਰਖਾਂ ਨੂੰ ਆਖਿਆ ਮਹਾਂਪੁਰਖੋ ਗਿਆਨ ਦਿਓ, ਨਾਮ ਦੇ ਵਿੱਚ ਸੁਰਤ ਜੁੜੇ, ਕਿਰਪਾ ਕਰੋ। ਅਤੇ ਮਹਾਂਪੁਰਖ ਕਹਿਣ ਲੱਗੇ ਪਹਿਲੇ ਸਾਨੂੰ ਖੀਰ ਛਕਾ, ਖੀਰ ਛਕਾ। ਉਹਨੇ ਖੀਰ ਬਣਾਈ, ਤਿਆਰ ਕੀਤੀ, ਕਹਿਣ ਲੱਗੇ ਆ ਲਓ ਛਕੋ। ਮਹਾਂਪੁਰਖ ਕਹਿਣ ਲੱਗਿਆ ਮੇਰਾ ਭਾਂਡਾ ਇਹਦੇ ਵਿੱਚ ਪਾ ਦੇ। ਭਾਂਡੇ ਵਿੱਚ ਜਿਵੇਂ ਹੀ ਉਹ ਬੀਬੀ ਖੀਰ ਪਾਉਣ ਲੱਗੀ ਅਤੇ ਉਹਦੇ ਵਿੱਚ ਵਿਸ਼ਟਾ ਪਈ ਸੀ, ਰੁਕ ਗਈ ਵੇਖ ਕੇ। ਮਹਾਂਪੁਰਖ ਇਹਦੇ ਵਿੱਚ ਖੀਰ ਨਹੀਂ ਪੈਣੀ, ਕਿਉਂ ਪਾ ਦੇ, ਇਹਦੇ ਵਿੱਚ ਹੀ ਪਾ ਦੇ। ਕਹਿੰਦੇ ਨਹੀਂ ਇਹਦੇ ਵਿੱਚ ਤਾਂ ਗੰਦ ਪਿਆ ਏ, ਖੀਰ ਨੇ ਇਹਦੇ ਵਿੱਚ ਪਾਉਣੀ। ਮਹਾਂਪੁਰਖ ਕਹਿਣ ਲੱਗੇ ਕਿਉਂ ਨਹੀਂ ਪਾਉਣੀ, ਪਾ ਦੇ। ਕਹਿਣ ਲੱਗੇ ਮਹਾਂਪੁਰਖੋ ਜੇ ਇਹਦੇ ਵਿੱਚ ਖੀਰ ਪਾਈ ਤਾਂ ਖੀਰ ਗੰਦ ਵਿੱਚ ਮਿਲ ਕੇ ਖਰਾਬ ਹੋ ਜਾਏਗੀ। ਮਹਾਂਪੁਰਖ ਕਹਿਣ ਲੱਗੇ ਇਹੀ ਤਾਂ ਗੱਲ ਤੈਨੂੰ ਸਮਝਾਉਣੀ ਚਾਹੁੰਦੇ ਆ ਕਿ ਆਪਣੇ ਅੰਦਰ ਦੇ ਹਉਮੈ ਨੂੰ ਤਿਆਗ ਦੇ। ਇਹ ਹਉਮੈ ਇੱਕ ਗੰਦ ਦੀ ਤਰ੍ਹਾਂ ਆ, ਇਹਦੇ ਵਿੱਚ ਤੂੰ ਨਾਮ ਪਾਏਂਗੀ ਅਤੇ ਨਾਮ ਵਿਅਰਥ ਹੋਈ ਜਾਣਾ। ਸਤਸੰਗਤ ਕਰੇਂਗੀ, ਸੇਵਾ ਕਰੇਂਗੀ, ਇਹ ਅੰਮ੍ਰਿਤ ਜਿਹੜਾ ਆ ਹੰਕਾਰ ਦੇ ਵਿੱਚ ਮਿਲ ਗਿਆ ਅਤੇ ਵਿਅਰਥ ਚਲਿਆ ਜਾਣਾ। ਇਸ ਕਰਕੇ ਅੰਮ੍ਰਿਤ ਜਿਹੜਾ ਆ ਇਹ ਵੀ ਖਰਾਬ ਹੋ ਜਾਵੇਗਾ, ਹਉਮੈ ਨੂੰ ਆਪਣੇ ਅੰਦਰੋਂ ਕੱਢ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਕਹਿੰਦੇ ਜਿਵੇਂ ਇਸ ਵਿਸ਼ਟਾ ਦੇ ਵਿੱਚ ਖੀਰ ਅੰਮ੍ਰਿਤ ਨਹੀਂ ਪੈ ਸਕਦਾ, ਇੱਦਾਂ ਹੀ ਹਉਮੈ ਵਾਲੇ ਹਿਰਦੇ ਦੇ ਵਿੱਚ ਨਾਮ ਅੰਮ੍ਰਿਤ ਨਹੀਂ ਪੈ ਸਕਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਰ ਜੀਓ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕਿ ਆਪਣੀ ਵਿਦਵਤਾ ਦਾ ਹੰਕਾਰ ਛੱਡ ਕੇ ਨਿਮਰਤਾ ਵਿੱਚ ਆ ਜਾ, ਅਤੇ ਇਹ ਗੱਲ ਅੱਜ ਤੋਂ ਭੁੱਲ ਜਾ ਕਿ ਤੂੰ ਕੁਝ ਜਾਣਦਾ ਵੀ ਹੈਗਾ। ਕਿਉਂਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਇੱਕ ਨੁਕਤਾ ਦੱਸਿਆ, ਮਹਾਰਾਜ ਕਹਿੰਦੇ ਸੋਈ ਅਜਾਣ। ਅਜਾਣ ਕੌਣ ਆ?
अनजान कौन है मारे, कहिंदे कह मैं जानना, जिहड़ा कहिंदा मैं जान लिया मैनू आ पता आ। मारे कहिंदे समझ लो उही अजान आ जिहड़ा अपने आप नू कहिंदा मैनू पता है मैं करदा जिहड़ा, सोई अजान कह मैं जानना। सुखरीब नवाज पातशाह जी कहन लगे सब कुछ जानदिया होया भी अनजान बन के रहा कर, भाव दिखावा ना करिया कर, होमे ना करिया कर, इसे ज्ञान ने ही तेरी जिंदगी का उधार कर देना, जेडे ज्ञान जेड़ा ज्ञान तेनू डोब रहा है। हुण दोनों नू सम समान जान बे जहर नू ते अमृत नू मार, जहर ते बंदे नू मार देंदा अमृत ते तारदा, तुसीं कहिंदे समान जान। पातशाह जी कहिंदे नहीं, जहर दे नाल भी कुश्ता बना लिया जांदा है, जहर पा के भी दवाई तैयार कर दिती जाती है जेडे बड़े बड़े रोगियों के रोग दूर कर देंदी। तो कई बार ज्ञान अमृत जड़ा आ वह भी कई मिल जाए तो वो नाल भी बंदा डुब जाता, अमृत जड़ा आ वह भी जहर का कम कर जाता कई वास्ते। चुमारा सच्चे पातशाह जी मेहर करन साह संगत जी सतगुरां ने आख्या ये दोनों एक समान ने, जिमें ये ज्ञान जड़ा आ है तो अमृत, कम तो इन्हें तेरा सवारना सी पर तो ये नाल तेरा मन विगड़ गया, होमे विच आ गया, बस हुण मैं ही करदा कि मैं वहां विद्वान मैं हाँ पंडित। सो सतगुरु पातशाह जी कृपा करन साह संगत जी ये अज की विचार जिहड़ी आपां कल भी सांझ पाई सी, महाराज सच्चे पातशाह जी ने जे बख्शी कीती ते कल नूं आपां पातशाह जी दे दिल्ली जाण दी विचार दे नाल जुड़ांगे। इदां गुरु साहब सच्चे पातशाह जी ने सज्जू झूर ते उपर कृपा करके गीता दे अर्थ करवाए सन, भुला चुका दिखिमा। वाहिगुरू जी का खालसा वाहिगुरू जी की।